हमारे वीडियो मसीहों को बाइबल सिखाने के लिए और उन लोगों के लिए बनाए जाते हैं जो सच्चे परमेश्वर को ढूंढ रहे हैं। किसी अन्य धर्म की आलोचना करना या उनके अनुयायियों का अपमान करना हमारा उद्देश्य बिल्कुल नहीं है, लेकिन कई क्षेत्रों में बाइबल की शिक्षाएं अन्य धर्मों के साथ मेल नहीं खाती, इसलिए अगर किसी को बाइबल की शिक्षाओं से ठेस पहुंचती हो तो कृपया हमारे वीडियो ना देखें। तुसी मंगदे हो पर लभदा नहीं, क्यों जो बदनीति नाल मंगदे हो भई अपनियां भोग विलासां विच उड़ा दियो। हे विचारणो, की तुहानू मालूम नहीं भई संसार दा मित्र चारा परमेश्वर दा वैर है। उही अगे है जो तुहानू मैं समझा रहा, संसार दा मित्र चारा परमेश्वर दे नाल नहीं, तुसी दोनों नाल नहीं बणत बणनी, तुहाडी ਤੁਹਾਡੀ ਬਣਤ ਇੱਕ ਨੇ ਬਣਨੀ ਆ। ਜੇ ਤਾਂ ਉਹਨਾਂ ਬਣ ਗਈ ਤਾਂ ਫਿਰ ਦੁਨੀਆਂ ਵਿਗੜ ਜਾਣੀ ਆ, ਜੇ ਦੁਨੀਆਂ ਨਾ ਬਣ ਗਈ ਤਾਂ ਫਿਰ ਉਹਨੇ ਵਿਗੜ ਜਾਣਾ। ਹਾਲੇ ਲਈ ਆ, ਜੇ ਤਾਂ ਦੁਨੀਆਂ ਨਾ ਬਣ ਗਈ ਤੁਹਾਡੀ ਤਾਂ ਫਿਰ ਤੁਹਾਡੇ ਉਹਨੇ ਕੰਮ ਨਹੀਂ ਆਉਣਾ। ਹਾਲੇ ਲਈ ਆ, ਦੋਨਾਂ ਵਿੱਚੋਂ ਇੱਕ ਨੇ ਬਣਨੀ ਤੁਹਾਡੀ, ਦੇਖ ਲਓ ਕਿੰਨਾ ਬਣਾਉਣੀ ਹੈ। ਹਾਲੇ ਲਈ ਆ, ਦੋਨਾਂ ਦੇ ਵਿੱਚੋਂ ਇੱਕ ਨਾ ਬਣਨੀ ਆ। ਜਿਸ ਤਰ੍ਹਾਂ ਇੱਕ ਪਤਨੀ ਦੋ ਪਤੀਆਂ ਨੂੰ ਖੁਸ਼ ਨਹੀਂ ਰੱਖ ਸਕਦੀ, ਜਾਂ ਇੱਕ ਪਤੀ ਦੋ ਪਤਨੀਆਂ ਨੂੰ ਖੁਸ਼ ਨਹੀਂ ਰੱਖ ਸਕਦਾ, ਕੁਝ ਵੀ ਕੀਤਾ। ਹਾਲੇ ਲਈ ਆ, ਇੱਕ ਪਤੀ ਹੋਵੇ ਦੋ ਪਤਨੀਆਂ ਹੋਣ, ਉਹ ਕਹੇ ਮੈਂ ਦੋਨਾਂ ਨੂੰ ਖੁਸ਼ ਰੱਖਣਾ, ਹੋ ਜਾਊਗੀ? ਦੋਨੇ ਖੁਸ਼ ਰਹਿਣਗੀਆਂ ਕਾਹਦੇ? ਹਾਲੇ ਲਈ ਆ। ਜਾਂ ਫਿਰ ਇੱਕ ਪਤੀ ਹੋਵੇ ਦੋ ਪਤਨੀਆਂ, ਜਾਂ ਫਿਰ ਦੋ ਪਤੀ ਹੋਣ ਇੱਕ ਪਤਨੀ ਹੋਵੇ, ਦੋਨਾਂ ਪਾਸੇ ਧਾਰਨਾ ਆ ਇਹ। ਹਾਲੇ ਲਈ ਆ, ਦੋਨਾਂ ਨੂੰ ਖੁਸ਼ ਨਹੀਂ ਕਰ ਸਕਦਾ। ਇਸੇ ਤਰ੍ਹਾਂ ਉਹ ਸਾਡਾ ਲਾੜਾ ਅਤੇ ਅਸੀਂ ਉਹਦੀਆਂ ਲਾੜੀਆਂ, ਅਸੀਂ ਦੋ ਨਹੀਂ ਖੁਸ਼ ਹੋ ਸਕਦੇ। ਹਾਲੇ ਲਈ ਆ, ਇਸ ਕਰਕੇ ਸਾਨੂੰ ਕੀ ਕਰਨਾ ਪੈਣਾ? ਇੱਕ ਪੱਖ ਚੁਣਨਾ ਪੈਣਾ, ਜਿਹੜਾ ਚੰਗਾ ਲੱਗਦਾ ਚੁਣ ਲਓ ਭਾਈ। ਹਾਲੇ ਲਈ ਆ, ਜੇ ਤਾਂ ਉਹ ਚੰਗਾ ਲੱਗਦਾ ਤਾਂ ਉਹਨੂੰ ਚੁਣ ਲਓ, ਜੇ ਜਗਤ ਚੰਗਾ ਲੱਗਦਾ ਫਿਰ ਜਗਤ ਨੂੰ ਚੁਣ ਲਓ। ਹਾਲੇ ਲਈ ਆ, ਪਰ ਜਗਤ ਨੇ ਤੁਹਾਡੇ ਕੰਮ ਨਹੀਂ ਆਉਣਾ, ਉਹਨੇ ਤੁਹਾਡੇ ਨਾਲ ਖੜਨਾ। ਹਾਲੇ ਲਈ ਆ, ਜਗਤ ਨੇ ਕੰਮ ਨਹੀਂ ਆਉਣਾ, ਉਹਨੇ ਹਰ ਵੇਲੇ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜਨਾ। ਉਹਨੇ ਕਹਿਣਾ, ਹੇ ਬੇਟੀ ਨਾ ਡਰ, ਹੇ ਬੇਟਾ ਤੂੰ ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਪਰਮੇਸ਼ਵਰ। ਹਾਲੇ ਲਈ ਆ, ਉਹ ਇਨਸਾਨ ਇਹ ਗੱਲ ਨਹੀਂ ਕਹਿਣਗੇ ਤੁਹਾਨੂੰ ਮਿੱਤਰੋ। ਹਾਲੇ ਲਈ ਆ, ਇਨਸਾਨ ਇੱਥੇ ਤੱਕ ਨਹੀਂ ਪਹੁੰਚਣਗੇ। ਹਾਲੇ ਲਈ ਅੱਗੇ ਬੱਚੇ ਪੜ੍ਹ ਕੇ ਜਲਦੀ। ਫਿਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਜਿਹੜਾ ਆਤਮਾ ਉਹਨੇ ਸਾਡੇ ਵਿੱਚ ਕਿਹਦੇ ਵਿੱਚ ਆਤਮਾ ਆ? ਹਾਲੇ ਲਈ ਆ, ਕਿੰਨਾ ਕਿੰਨਾ ਵਿੱਚ ਆਤਮਾ ਆ? ਸਾਰੇ ਵਿੱਚ ਹੈਗਾ, ਆਪਾਂ ਇਹ ਗੱਲ ਸਾਰੇ ਕਹਿ ਸਕਦੇ ਹਾਂ ਨਾ? ਕਿਹੜੀ ਕਹਿ ਸਕਦੇ? ਹਾਂਜੀ, ਪੜਾਂਗੇ ਵਚਨ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ? ਤੁਸੀਂ ਇਹ ਭਰਮ ਕਰਦੇ ਆ ਕਿ ਇਹ ਪਵਿੱਤਰ ਸਾਨੂੰ ਐਵੇਂ ਕਹੀ ਜਾਂਦਾ? ਹਾਲੇ ਲਈ ਆ, ਕੀ ਇਹਦਾ ਬਚਨ ਹੈ ਕਿਤੇ ਸਾਨੂੰ ਐਵੇਂ ਤਾਂ ਨਹੀਂ ਕਹੀ ਜਾਂਦਾ? ਹਾਂ, ਪੜਾਂਗੇ ਗੱਲ ਜੀ। ਅਥਵਾ ਕੀ ਤੁਸੀਂ ਇਹ ਭਰਮ ਕਰਦੇ ਹੋ ਜੋ ਧਰਮ ਪੁਸਤਕ ਐਵੇਂ ਕਹਿੰਦਾ ਹੈ ਭਈ ਉਹ ਉਸ ਆਤਮਾ ਲਈ ਜਿਹੜਾ ਉਹਨੇ ਸਾਡੇ ਵਿੱਚ ਵਸਾਇਆ ਹੈ ਅਣਖ ਨਾਲ ਲੋਚਦਾ ਹੈ? ਅਣਖ, ਅਣਖ ਨਾਲ, ਕਿਉਂਕਿ ਉਹ ਅਣਖੀ ਪਰਮੇਸ਼ਵਰ ਆ। ਹਾਲੇ ਲਈ ਆ, ਉਹ ਅਣਖ ਨਾਲ ਲੋਚਦਾ ਕਿ ਮੈਂ ਤੈਨੂੰ ਬਚਾਵਾਂਗਾ, ਮੈਂ ਤੇਰਾ ਵਾਧਾ ਕਰਾਂਗਾ, ਮੈਂ ਤੇਰਾ ਭਲਾ ਕਰਾਂਗਾ, ਮੈਂ ਤੇਰੀ ਸਹਾਇਤਾ ਕਰਾਂਗਾ, ਔਰ ਮੈਂ ਤੈਨੂੰ ਪੀੜੀਓ ਪੀੜੀ ਸੰਭਾਲ ਕੇ ਰੱਖਾਂਗਾ। ਹਾਲੇ ਲਈ ਆ, ਪਰ ਇਨਸਾਨ ਕਹਿੰਦਾ ਮੈਂ ਬਚਣਾ ਨਹੀਂ ਹੈਗਾ। ਹਾਲੇ ਲਈ ਆ, ਪੜਾਂਗੇ ਜਲਦੀ। ਪਰ ਉਹ ਹੋਰ ਵੀ ਕਿਰਪਾ ਕਰਦਾ ਹੈ, ਇਸ ਕਾਰਨ ਉਹ ਕਹਿੰਦਾ ਹੈ ਭਈ ਪਰਮੇਸ਼ਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾ ਉੱਤੇ ਕਿਰਪਾ ਕਰਦਾ ਹੈ। ਉਪਰੰਤ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਪਰ ਸ਼ੈਤਾਨ ਦਾ ਸਾਹਮਣਾ ਕਰੋ। ਸ਼ੈਤਾਨ, ਸ਼ੈਤਾਨ ਹੈ ਅਸਲ ਵਿੱਚ ਕੌਣ ਹੈ? ਹਾਲੇ ਲਈ ਆ, ਅਸਲ ਦੇ ਵਿੱਚ ਸ਼ੈਤਾਨ ਹੈ ਕਿਹੜਾ? ਜਿਹੜਾ ਸਾਡੇ ਅੰਦਰ ਬਹਿ ਕੇ ਆਪਣੀ ਮਨਾਈ ਕਰਦਾ, ਸਾਡੇ ਅੰਦਰ ਬੈਠਾ।
हालेलुया। बाहर नहीं बैठा, वो साढ़े अंदर बैठा, साढ़े अंदर बह के वह मना ही करता और दूजियां नूं साडी निगाह विच कराउंदा तां उहदी निगाह विच सानूं कराउंदा, अपनी ओ इज्जत बणाउंदा। हालेलुया हालेलुया। शैतान असल विच है कौन आ? साडा दिल। सब तो धोखेबाज चीज साडा दिल ही एक बुरी चीज़ है साडे अंदर, जिहड़ा इंसान की लगन किते पासे लगन ही नहीं दिंदा, जिहड़ा इंसान नूं एक भ्रम चक्कर विच पाई फिरदा, जिहड़ा इंसान नूं तरह तरह के लालच दे के इधर उधर भजाई फिरदा, कदी किसी उत्ते और कदी किसी उत्ते और कदी किसी उत्ते। हालेलुया हालेलुया। इंसान नहीं चाहता कि मैं जगत विच इन्हां नूं जीवन दवां, वो साढ़े अंदर आ। उपरंत तुसी परमेश्वर दे अधीन होवो, पर शैतान दा सामना करो ता ओ तुहाडे कोलों भज जावेगा। परमेश्वर दे नेड़े जाओ ता ओ तुहाडे नेड़े आवेगा। हे पापियो अपने हाथ शुद्ध करो अते हे दुचित्तियो अपने दिलां नूं पवित्र करो। दुखी होवो सोग करो अते रोवो, तुहाडा हासा सोग नाल अते तुहाडा आनंद उदासी नाल बदल जावे। प्रभु दे अगे नीवे बनो तां ओ तुहानू उच्चियां करेगा। हालेलुया हालेलुया। तुहाडा हासा सादे नाल सोग नाल। हालेलुया हालेलुया। तुहाडा हासा सोग नाल अते तुहाडा आनंद उदासी नाल बदल जावे। प्रभु दे अगे नीवे बनो तां ओ तुहानू उच्चियां करेगा। प्रभु दे अगे आप सब जन परमेश्वर की हजूरी विच आ और परमेश्वर ही साढ़े विचकार आ। हालेलुया।